ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਪਿੰਡ ਠੱਕਰਵਾਲ ਗੁਰਦੁਆਰਾ ਨਾਨਕ ਸਰ ਪਾਤਸ਼ਾਹ ਜੀ ਪਹਿਲੇ ਸਥਾਨ 'ਤੇ ਖੜ੍ਹੇ ਹਾਂ। ਇਸ ਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਉਣ ਤੋਂ ਪਹਿਲਾਂ ਕੀਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਨੂੰ ਨਿਹਾਲ ਕਰਨ ਤੋਂ ਬਾਅਦ ਲੁਧਿਆਣਾ ਨੂੰ ਆ ਰਹੇ ਸੀ ਤਾਂ ਉਸ ਲੁਧਿਆਣੇ ਦਾ ਇੱਕ ਸੰਤ ਫਕੀਰ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਲੁਧਿਆਣੇ ਨੂੰ ਸਤਲੁਜ ਦਰਿਆ ਦੋਨਾਂ ਤਰਫਾਂ ਤੋਂ ਢਾ ਰਿਹਾ, ਸਾਨੂੰ ਬਚਾਓ ਨਹੀਂ ਸਾਨੂੰ ਡੋਬ ਦੇਵੇਗਾ। ਤਾਂ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਗਊ ਹੱਤਿਆ ਕਰਦੇ ਹੋ, ਗਊ ਹੱਤਿਆ ਕਰਨੀ ਬੰਦ ਕਰ ਦਿਉ। ਅਤੇ ਇਸ ਕਰਕੇ ਉਸ ਤੋਂ ਬਾਅਦ ਇਹ ਦਰਿਆ ਆਪਣੇ ਆਪ ਇੱਥੋਂ 15 ਕਿਲੋਮੀਟਰ ਦੂਰ ਚਲਾ ਜਾਵੇਗਾ। ਤਾਂ ਉਸ ਮਹੰਤ ਦੇ ਕਹਿਣ 'ਤੇ ਲੁਧਿਆਣੇ ਵਾਸੀਆਂ ਨੇ ਗਊ ਹੱਤਿਆ ਕਰਨੀ ਬੰਦ ਕਰਤੀ। ਉਸ ਤੋਂ ਬਾਅਦ ਸਤਲੁਜ ਦਰਿਆ ਆਪਦਾ ਰਾਹ ਬਦਲ ਕੇ ਫਲੋਰ ਦੇ ਲਾਗੇ 15 ਕਿਲੋਮੀਟਰ ਦੂਰ ਚਲਿਆ ਗਿਆ। ਉਸ ਤੋਂ ਬਾਅਦ ਇਸ ਸਥਾਨ 'ਤੇ ਇੱਕ ਮਹੰਤ ਠਾਕਰਦਾਸ ਰਹਿੰਦਾ ਸੀ, ਜੋ ਇਸ ਟਾਈਮ ਉਸ ਟਾਈਮ ਇੱਥੇ ਇੱਕ ਢਾਬ ਪਾਣੀ ਦੀ ਢਾਬ ਸੀ, ਜਿੱਥੇ ਉਹਨਾਂ ਨੇ ਆਪਦਾ ਡੇਰਾ ਆ ਕੇ ਡੇਰਾ ਲਾਇਆ, ਡੇਰੇ 'ਤੇ ਆਪਦਾ ਪੱਕਾ ਕਬਜ਼ਾ ਕੀਤਾ। ਇੱਥੇ ਬਹੁਤ ਜ਼ਿਆਦਾ ਹੰਕਾਰੀ ਹੋ ਗਿਆ, ਕਿਉਂਕਿ ਉਹ ਬਹੁਤ ਜ਼ਿਆਦਾ ਸਖਤੀਆਂ ਸੀਗੀਆਂ, ਲੋਕਾਂ ਨੂੰ ਤੰਗ ਪਰ ਬਹੁਤ ਜ਼ਿਆਦਾ ਕਰ ਰਿਹਾ ਸੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਨੂੰ ਆ ਕੇ ਇੱਥੋਂ ਉਹਨੂੰ ਸੁਧਾਰਿਆ ਅਤੇ ਸਿੱਖੀ ਦੇ ਰਾਹ ਪਾਇਆ, ਉਪਦੇਸ਼ ਦਿੱਤੇ, ਗੁਰੂ ਵਾਲਾ ਬਣਾਇਆ। ਅਤੇ ਉਸ ਤੋਂ ਬਾਅਦ